ਜਾ ਰਹੇ ਹਾਂ, ਕਿੱਥੇ ਜਾ ਰਹੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ। ਆਪਾਂ ਨਗਰ ਕੀਰਤਨ 'ਚ ਜਾ ਰਹੇ ਹਾਂ, ਨਗਰ ਕੀਰਤਨ ਹੈਗਾ ਵੱਡਾ, ਉੱਥੇ ਆਪਾਂ ਜਾਵਾਂਗੇ, ਉੱਥੇ ਜਾ ਕੇ ਵੇਖਦੇ ਕੀ ਆ। ਠੀਕ ਹੈ, ਹੁਣੇ ਪਹਿਲੇ ਆਪਣੀ ਭੈਣ ਨੂੰ ਛੱਡ ਕੇ ਆਈਏ, ਉਹਨੂੰ ਛੱਡ ਕੇ ਫਿਰ ਜਾਂਦੇ ਹਾਂ ਆਪਾਂ, ਉਹਨੂੰ ਕੋਲੇ ਛੱਡ ਕੇ ਆਉਣਾ ਜੀ, ਫਿਰ ਆਪਾਂ ਜਾਂਦੇ ਹਾਂ ਨਗਰ ਕੀਰਤਨ 'ਚ। ਫਿਰ ਉੱਦਾਂ ਹੀ ਆਪਾਂ ਲੇਟ ਹਾਂ, ਸਵੇਰੇ ਚੱਲ ਗਿਆ ਸੀ ਨਗਰ ਕੀਰਤਨ, ਅਤੇ ਹੁਣ ਟਾਈਮ ਹੋ ਰਿਹਾ 9:30। ਚਲੋ ਚਲੋ, ਹੁਣ ਅਪਡੇਟ, ਆਪਾਂ ਇਕੱਲੇ ਜਾ ਰਹੇ ਹਾਂ, ਨਾਲ ਦਾ ਕੋਈ ਨਹੀਂ ਹੈ। ਹੁਣੇ ਕਿਆ ਜਿਹੜਾ ਨਾਲ ਚੱਲਣਾ ਸੀ ਉਹ ਸੋ ਰਿਹਾ, ਹਲੇ ਤੱਕ ਉਹ ਉੱਠਿਆ ਹੀ ਨਹੀਂ। ਅਤੇ ਹੁਣ ਇਹ ਲੱਗੇ ਕੀਰਤਨ ਹੈਗਾ ਸਿੰਘ ਸਾਹਿਬ ਹੈਗਾ ਨਗਰ ਕੀਰਤਨ, ਅਤੇ ਉੱਧਰ ਜਾ ਕੇ ਆਪਾਂ ਜੁਆਇਨ ਕਰਦੇ ਹਾਂ ਨਗਰ ਕੀਰਤਨ ਨੂੰ। ਉੱਥੇ ਨਗਰ ਕੀਰਤਨ ਜੁਆਇਨ ਕਰਕੇ ਉਹ ਆਊਗਾ ਸ਼ੀਸ਼ਗੰਜ ਸਾਹਿਬ ਤੋਂ ਨਾਨਕ ਪਿਆਓ, ਨਾਨਕ ਪਿਆਓ ਜਾ ਕੇ ਆ ਕੇ ਮੇਰਾ ਘਰ ਘਰ ਨਾਨਕ ਪਿਓ ਦੇ ਕੋਲ ਹੀ ਆ, ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਨਾਨਕ ਪਿਓ ਤੋਂ ਆਉਣ ਦੀ, ਕਿਤੇ ਜਾਣ ਦੀ ਦਿੱਕਤ ਹੋਣੀ ਹੈ, ਹੋਰ ਕੋਈ ਚੱਕਰ ਨਹੀਂ। ਚਲੋ ਹੁਣ ਚੱਲਦੇ ਹਾਂ, ਪਹਿਲਾਂ ਮੈਟਰੋ 'ਚ ਜਾ ਕੇ ਮੈਟਰੋ ਫੜਦੇ ਹਾਂ ਅਤੇ ਫਿਰ ਗੱਲ ਕਰਦੇ। ਚਲੋ ਭਾਅ ਜੀ, ਫਸਦਾ ਜੀ ਫਤਿਹ ਜੀ। ਇਹ ਹੁਣੇ ਆਪਾਂ ਹੈਗੇ ਹਾਂ ਅਖਾੜੇ ਨਗਰ ਕੀਰਤਨ ਤੋਂ ਬਹੁਤ ਅੱਗੇ ਹਾਂ, ਬਹੁਤ ਜ਼ਿਆਦਾ ਅੱਗੇ ਹਾਂ ਆਪਾਂ। ਪਿੱਛੇ ਤੁਹਾਨੂੰ ਦੱਸਦਾ ਨਗਰ ਕੀਰਤਨ ਕਿੱਦਾਂ ਚੱਲ ਰਿਹਾ ਜੀ ਇੱਧਰ, ਅਤੇ ਸੀਨ ਕੀ ਆ। ਸਭ ਤੋਂ ਪਹਿਲਾਂ ਜੇ ਸਭ ਤੋਂ ਪਹਿਲੇ ਚੱਲ ਰਹੇ ਆ ਸਫਾਈ ਵਾਲੇ, ਮਤਲਬ ਜਿਹੜੇ ਸੇਵਾ ਕਰ ਰਹੇ ਸਫਾਈ ਦੀ, ਉਹ ਤੋਂ ਬਾਅਦ ਚੱਲ ਰਹੇ ਨੇ ਨਗਰ ਕੀਰਤਨ, ਮਤਲਬ ਪਾਲਕੀ ਸਾਹਿਬ ਚੱਲ ਰਹੀ ਆ, ਉਹ ਤੋਂ ਬਾਅਦ ਪੰਜ ਪਿਆਰੇ ਫਿਰ ਪਾਲਕੀ ਸਾਹਿਬ ਆ, ਉਹ ਤੋਂ ਬਾਅਦ ਚੱਲ ਰਹੇ ਨੇ ਅਖਾੜੇ, ਨਹੀਂ ਉਹ ਤੋਂ ਬਾਅਦ ਨੇ ਸਾਡੇ ਸਕੂਲ ਦੇ ਬੱਚੇ ਚੱਲ ਰਹੇ ਨੇ। ਸਕੂਲ ਦੇ ਬੱਚਿਆਂ ਤੋਂ ਬਾਅਦ ਆ ਸਾਡੇ ਆਉਂਦੇ ਆ ਅਖਾੜੇ ਜਿਹੜੇ ਆ ਰਹੇ ਨੇ, ਅਤੇ ਹਲੇ ਵੀ ਸਾਰੇ ਅਖਾੜੇ ਆਏ ਨਹੀਂ, ਬਹੁਤ ਸਾਰੇ ਅਖਾੜੇ ਹਲੇ ਵੀ ਰਹਿੰਦੇ ਆ, ਉਹ ਬਾਅਦ 'ਚ ਆਉਣਗੇ ਅਤੇ ਉਹਨਾਂ ਨਾਲ ਆਪਾਂ ਵੀ ਖੇਡਾਂਗੇ ਥੋੜ੍ਹੀ ਦੇਰ। ਆਪਾਂ ਹੁਣੇ ਚੱਲ ਰਹੇ ਹਾਂ, ਨੋਰਮਲੀ ਖੇਡਿਆ ਨਹੀਂ ਆਪਾਂ, ਜਰਾ ਜਿਹਾ ਮੱਥਾ ਟੇਕ ਆਈ ਹੈ, ਮੱਥਾ ਟੇਕ ਕੇ ਪ੍ਰਸ਼ਾਦ ਲੈ ਲਿਆ, ਹੁਣ ਚੱਲਦੇ ਅੱਗੇ। ਲੁਧਿਆਣੇ ਤੋਂ ਆਈਆਂ ਨੇ ਫੌਜਾਂ ਇੱਧਰ, ਇਹਦੇ ਪਿੱਛੇ ਉਹ ਸਾਰੇ ਲੁਧਿਆਣੇ ਦੀ ਫੌਜਾਂ ਆ ਰਹੀ, ਪਾਲਕੀ ਸਾਹਿਬ ਸਾਡੇ ਸਾਹਮਣੇ ਹੀ ਆ ਉਹ।
ਬੜੀ ਭੀੜ ਆ ਬਾਈ ਕੱਚੀ ਆ ਉੱਥੇ ਬਹੁਤ ਜ਼ਿਆਦਾ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਆ ਹੁਣ ਆਪਾਂ ਇਸ ਪਾਸੇ ਆ ਗਏ ਹਾਂ ਅੱਗੋਂ ਜਾ ਕੇ ਕੱਢ ਜਾਵਾਂਗੇ ਅੱਗੇ ਜਾ ਕੇ ਹੋ ਜਾਣਾ ਆਪਾਂ ਬਾਹਰ ਆਵਾਜ਼ ਆ ਰਹੀ ਹੋਣੀ ਉਹ ਸ਼ਾਇਦ ਮੈਂ ਹੀ ਬਰਡ ਲਾਇਆ ਤਾਂ ਸਾਫ਼ ਆਵਾਜ਼ ਤਾਂ ਆ ਰਹੀ ਮੁਸ਼ਕਿਲ ਆਵਾਜ਼ ਆ ਰਹੀ ਹੋਵੇ ਡੱਬ ਕਰ ਦਾਂਗਾ ਬਾਈ ਉਹੀ ਥਾਂ ਆ 2 ਘੰਟੇ ਹੋ ਗਏ ਅੱਗੇ ਨਹੀਂ ਵਧੇ ਆਪਾਂ ਵਿਆਹ ਤੇ ਆ ਯਾਰ ਮਿਲ ਗਿਆ ਸੀ ਸਾਨੂੰ ਉੱਧਰ ਸਾਡੇ ਉਹਦੇ ਫਰੈਂਡ ਮਿਲ ਗਿਆ ਸੀ ਅਤੇ ਹੁਣ ਆਪਾਂ ਚੱਲੇ ਹਾਂ ਕਿੱਧਰ ਚੱਲੇ ਆ ਸਾਨੂੰ ਨਹੀਂ ਪਤਾ ਵੀ ਆਪਾਂ ਆਪਸ ਰਸਤੇ ਕੋਲ ਜਾਂਦੇ ਅਤੇ ਜਿੱਥੇ ਮੈਂ ਬੈਗ ਰੱਖਦਾ ਉੱਥੇ ਚੱਲੀਏ ਕਿੱਧਰ ਉੱਧਰ ਅਖਾੜਿਆਂ ਕੋਲ ਹਾਂ ਚੱਲ ਚੱਲ ਫਿਰ ਅਖਾੜਿਆਂ ਕੋਲ ਚੱਲਦੇ ਹੁਣ ਤਾਂ ਵੇਖ ਪਹਿਲਾਂ ਆ ਗਏ ਸੀ ਅੰਦਰ ਹੀ ਆ ਗਏ ਆ ਦੇਖੋ ਮੈਂ ਸੋਚਿਆ ਲਾਈਵ ਜਾਈਏ ਹੋਏ ਲਾਈਵ ਜਾਈਏ ਪਲੇਸ 2 ਘੰਟੇ ਬਾਅਦ ਉਹੀ ਥਾਂ ਤੇ ਆਪਾਂ ਹੈਗੇ ਆ ਕਿਤੇ ਨੱਗੇ ਨਹੀਂ ਬੈਠ ਪਤੇ ਆ ਦੇਖੋ ਉਹੀ ਸੇਮ ਪਲੇਸ ਆ ਬਾਈ ਬਹੁਤ ਜ਼ਿਆਦਾ ਅੱਗੇ ਪਿੱਛੇ ਹੋ ਰਿਹਾ ਪਹਿਲਾਂ ਕਹਿ ਰਹੇ ਬਾਈ ਥਕਾਨ ਮਹਿਸੂਸ ਹੋ ਰਹੀ ਬਾਈ ਅੱਜ ਤਾਂ ਸਿਰਾ ਹੀ ਲਾਉਂਦਾ ਯਾਰ ਕਿੱਥੇ ਆਉਣ ਤੱਕ ਬਾਈ ਘੱਟੋ ਘੱਟ ਯਾਰ 3.5-4 ਘੰਟੇ ਲੱਗ ਬਾਈ ਲਓ 1 ਕਿਲੋਮੀਟਰ ਹੀ ਹੋਣਾ ਹੈ ਘੱਟੋ ਘੱਟ ਬਾਈ ਕਿੰਨੀ ਦੇਰ ਹੋਣਾ 200-300 ਮੀਟਰ ਹੈ ਬਾਈ 200-300 ਮੀਟਰ ਆ ਹਲੇ ਵੀ 100 ਮੀਟਰ ਰਹਿੰਦੀ ਆ ਤੇਰੇ ਵਾਲੇ ਟਰੱਕ ਤੋਂ 100 ਮੀਟਰ ਹੋਰ ਆ ਔਰ ਉਹਨੂੰ ਟਾਈਮ ਲੱਗੂਗਾ ਅੱਗੇ ਕੀਤਾ ਹੋਇਆ ਜਿਹੜਾ ਲੋਕ ਆ ਨਾ ਲੋਕ ਤੋਂ ਇਹਨਾਂ ਨੇ ਜਿਹੜੇ ਲੋਕ ਟਾਵਰ ਆ ਤੁਸੀਂ ਮੰਨੋਗੇ ਮੈਨੂੰ ਆ ਰਿਹਾ ਬਾਥਰੂਮ ਨੇ ਕਿਸੇ ਨੇ ਵੀਡੀਓ ਬਣਾ ਲਈ ਬਸ ਉਹੀ ਚੱਕਰ ਪੈਣਾ ਹੋਰ ਵੀ ਚੱਕਰ ਨਹੀਂ ਪੈਣਾ ਇਹਦਾ ਭਾਈ ਇੱਥੇ ਬੰਦਾ ਭਾਵੇਂ ਟਰੱਕ ਲੰਘਾ ਲੇ ਹੈਵੀ ਡਿਊਟੀ ਟਰੱਕ ਲੰਘਾ ਲੇ ਪਰ ਉਸ ਤੇ ਬੰਦਾ ਖੁਦ ਆ ਪੈਦਾ ਨਹੀਂ ਲੱਗਦਾ ਹੋਰ ਭਾਈ ਇੱਥੇ ਬੜਾ ਜਾਮ ਲੱਗਿਆ ਹੋਇਆ ਜੀ ਤੂੰ ਖੇਡ ਬਾਈ ਤੂੰ ਖੇਡ ਪਹਿਲਾਂ ਤੂੰ ਖੇਡ ਫੇਰ ਆਉਂਦਾ ਮੈਂ ਪਹਿਲਾਂ ਖੇਡ ਫੇਰ ਆਉਂਦਾ ਮੈਂ ਘੰਟਾ ਮੈਂ
SGFI थक गया भाई हूँ सवेर दे आए हैं हम बैठे जाइए दुकान से किसी गढ़ तो चले हैं बस चल भाई तू जा भाई हूँ आप अंबा के बाहर बैठे हाँ बहुत टाइम भुख बहुत लगी है स्टॉल एक भी नहीं किसी ने ਨਾਲੇ ਨਾ ਕੋਈ ਵਜ੍ਹਾ ਸੀ ਤੂੰ ਖਾਣ ਦੇਸਣ ਦੀ ਜਿੱਥੋਂ ਅਸੀਂ ਕੁਛ ਖਾਣ ਲਈ ਲੈ ਲਈ ਦੇਖੋ ਚੱਕਰ ਪਤਾ ਕੀ ਪਿਆ ਸੀਗਾ ਸਟਾਰਟਿੰਗ 'ਚ ਸਟੋਲ ਇੰਨੇ ਸੀਗੇ ਅਤੇ ਸਾਨੂੰ ਕੀ ਸੀਗਾ ਤੁਸੀਂ ਕਿਹਨੇ ਭੁੱਖੀ ਭੁੱਖੀ ਨਹੀਂ ਸੀ ਆਪਾਂ ਘਰੋਂ ਖਾ ਕੇ ਆਏ ਸੀ ਪਰ ਭੁੱਖੀ ਨਹੀਂ ਲੱਗੀ ਸਟਾਰਟਿੰਗ ਘਰ ਵੀ ਨਹੀਂ ਖਾ ਕੇ ਆਏ ਮੈਂ ਵੀ ਨਹੀਂ ਖਾ ਕੇ ਆਏ ਸੀ ਫਿਰ ਤੂੰ ਕਿਉਂ ਬੋਲਣ ਡਿਆ ਨਹੀਂ ਮੈਨੂੰ ਲੱਗੇ ਤੂੰ ਖਾ ਕੇ ਆਉਣਾ ਨਾ ਦੇਖੋ ਸੀਨ ਕੀ ਸੀਗਾ ਆ ਸਟਾਰਟਿੰਗ 'ਚ ਸਟੋਲ ਬਾਹਲੇ ਸੀਗੇ ਅਤੇ ਫਿਰ ਨਾ ਘੱਟ ਹੋ ਗਏ ਅਤੇ ਹੁਣ ਆ ਅੰਬ ਵਾਲੀ ਲਾਈਨ ਨਾ ਜਿਹੜੀ ਇੱਥੇ ਥਾਂ ਬੜੀ ਘੱਟ ਆ ਅਤੇ ਇੱਥੇ ਛੋਟੇ ਛੋਟੇ ਜਿਹੇ ਰਸਤੇ ਨੇ ਅਤੇ ਉੱਥੇ ਸਟੋਲ ਲੱਗ ਨਹੀਂ ਸੀ ਸਕਦੇ ਅਤੇ ਇੱਥੇ ਸਟੋਲ ਨਹੀਂ ਹੈਗੇ ਅਤੇ ਆਪਾਂ ਜਦੋਂ ਸਾਨੂੰ ਭੁੱਖ ਲੱਗ ਰਹੀ ਆ ਤਾਂ ਸਟੋਲ ਹੈਗੇ ਹੀ ਨਹੀਂ ਸਟੋਲ ਹੈਗੇ ਵੀ ਤਾਂ ਖਾਲੀ ਖਾਲੀ ਉਹ ਬੰਦੇ ਬੈਠੇ ਨੇ ਉੱਤੇ ਉਹ ਸਪੀਕਰ ਸਪੂਕਰ ਲਾ ਗਏ ਅਤੇ ਭਾਈ ਭੁੱਖ ਲੱਗ ਜਾਏ ਅਗਰ ਕੋਈ ਇੱਥੇ ਨਹੀਂ ਲੱਗਦੀ ਬਸ ਇੱਥੇ ਲੱਗਦੀ ਹੈ ਇੱਥੇ ਥੋੜ੍ਹਾ ਉੱਪਰ ਹੋ ਗਿਆ ਹਲਕਾ ਜਿਹਾ ਮੇਰੇ ਭਾਈ ਫੇਫੜੇ ਅਟੈਕ ਆ ਜਾਏਗਾ ਦੇਖੋ ਮੈਂ ਤੁਹਾਨੂੰ ਐਡਰੈਸ ਦੱਸਦਾ ਉੱਥੇ ਤੁਸੀਂ ਸਾਨੂੰ ਜ਼ੋਮੈਟੋ ਤੇ ਭੇਜ ਦੇਣਾ ਆਪਾਂ ਖਾ ਲਾਂਗੇ ਆ ਠੀਕ ਹੈ ਨਾ ਆਈਡੀਆ ਮਨ ਕਰਿਆ ਤੇ ਪੈਸੇ ਦੇ ਦਾਂਗੇ ਨਹੀਂ ਤਾਂ ਤੁਸੀਂ ਸਮਝ ਨਹੀਂ ਉਹ ਤੁਸੀਂ ਪ੍ਰੀਪੇਡ ਕਰਨਾ ਆਪਾਂ ਪ੍ਰੀਪੇਡ ਪ੍ਰੀਪੇਡ ਕਰਨਾ ਭਾਈ ਠੀਕ ਆ ਚਲੋ ਹੁਣ ਆਪਾਂ ਕੀ ਟਿਕਣਾ ਟਾਈਮ ਲੱਗੋ ਇਹਨਾਂ ਨੂੰ ਕੋਈ ਭਾਈ ਦੇਖ ਨਾਨਕ ਪਿਓ ਪੁੱਛਣ ਲੱਗਿਆ ਘੱਟੋ ਘੱਟ 2 ਘੰਟੇ ਮਨ ਨਹੀਂ ਲੱਗਦਾ ਫਿਰ ਆਪਾਂ ਬਾਅਦ 'ਚ ਮਿਲਦੇ ਤੁਹਾਨੂੰ ਅਗਲੇ ਸਾਲ ਕਿਉਂਕਿ ਹਲੇ ਤਾਂ ਬਹੁਤ ਟਾਈਮ ਲੱਗਣਾ ਜਿਹੜੀ ਦਾੜੀ ਵੀ ਖਿਲਰ ਗਈ ਮੈਂ ਦੱਸੋ ਜੀ ਲਾ ਕੇ ਵੀ ਨਹੀਂ ਆਇਆ ਮੈਂ ਭਾਈ ਲਾਈ ਸੀ ਸਿਮਕੋ ਅੱਜ ਪਹਿਲੀ ਵਾਰ ਸਿਮਕੋ ਲਾਈ ਸੀ ਮੈਂ ਤਾਂ ਲਾਉਂਦਾ ਵੀ ਨਹੀਂ ਚਲੋ ਨਾਨਕ ਪਿਓ ਦੇ ਪਾਸੇ ਚੱਲਦੇ ਆ ਥੱਕ ਗਏ ਉਦਾਂ ਵੀ रश होता है आप अगे पिछे हो रहे हैं अगे गए फिर पिछे आए फिर अगे गए फिर पिछे आए अगे तार लंगर लेना है मम्मी पापा ने बैठे उन्होंने दे रही हूं आप बैठे हाँ जे ਉਹ ਡਿੱਗਿਆ ਮੇਰਾ ਚਮਚਾ ਡਿੱਗਿਆ ਖਾਵਾਂ ਕਿੱਦਾਂ ਹੁਣ ਮੈਂ ਖਾਵਾਂ ਕਿੱਦਾਂ ਮੈਂ ਆਪ ਦੇਖੋ ਡਿੱਗਿਆ ਜੀ ਪੂ ਪਿਆ ਕਿੱਦਾਂ ਚਲੋ ਯਾਰ ਕੋਈ ਨਹੀਂ ਵੇਖਦੇ ਕੀ ਬਣਦਾ ਆਪਾਂ ਬੈਠੇ ਹਾਂ ਹੱਥੀ ਤੇ ਠੀਕ ਆ ਆ ਬੈਠੇ ਸਾਡੇ ਨਾਲ ਦੇ ਦੋ ਸਿੰਘ ਸਹਿਜਦਾਰੀ ਸਿੰਘ ਨੇ ਉੱਥੇ ਅਤੇ ਦਿਖਾਉਂਦੇ ਆਪਾਂ ਕਿੰਨੀ ਉੱਤੇ ਆ ਟਰੈਕਟਰ ਦੇ ਮੱਥੇ 'ਤੇ ਬੈਠੇ ਆ ਟਰੈਕਟਰ ਦੇ ਮੱਥੇ 'ਤੇ ਬੈਠੇ ਆ ਆ ਦੇਖੋ ਸਾਹਮਣੇ ਬੱਚੇ ਆ ਸਾਡੇ ਓਏ ਕੋਟਾ ਪਿੱਛੇ ਕਰ ਅੰਬਾ ਭਾਈ ਕਸਮ ਨਾਲ ਨਜ਼ਾਰਾ ਭੰਨ ਕੇ ਰੱਖ ਬਾਬਾ ਜੀ ਕਿੱਦਾਂ ਸਿੰਘ ਸਾਹਿਬ ਜੀ ਇਨਵੈਸਟਮੈਂਟ ਲੈ ਕੇ ਚੱਲੇ ਆ ਇਹਨੂੰ ਦੇ ਕੇ ਇਹਨਾਂ ਨੇ ਕੁਝ ਹੋਰ ਲੈਣਾ ਇਹ ਹੁਣ ਕਿਆ ਕੀ
मैडम मैंने कटड़ा बिकाई है। ए आइए आगे सीन कर रहे जी, इन्हें इन्वेस्टमेंट चक्की वो तो बाद इन्हें जाना लैके किसी और थान यार, कुछ वजह से खाने लभन है यार, भूख बहुत लग फे भ्रावा मैं की करा मिल की जाए, पहले जांच कर हूँ। टाइम हो रहा यार 10:09 बंगला पहुंचने वाले हाँ, कुछ खा हाँ सीधा कर कैमरा 15-20 मिनट जा नानक प्यो साहब पहुंच जाएंगे, उठे जाके वे मथा टेक के अपन दा करे बजना। तू करे के में जाएगा दादा, तू किधर जाऊगा ट्रक किधर जा किधर नु जाऊगा ट्रक कुछ ना आ जा अच्छी है मैं नहीं छोड़ छोड़ दे जाना। आ देखो आपा बस पहुंचने वाले हैं नए के नानक प्यो, बस आला गेट है ना उधर के, आ देखो इधर जेड़ा गेट आ इनू क्रॉस करके आपा नानक प्यो नु देखन लगांगे, नानक खेरी नानक वाली जेड़ी ओ है ना ऊपर दी गुम्मत ओ देख दूंगी सानू करदे आ गल फिर सीधा बस पहुंचने वाली हां भाई नहीं भाई आए हैडे की दिखाउना। ओ देखो एक कुड़ी दिस रही है तुम्हें, ओ फोन चलान डी है ठीक है, किसी ने ओदा फोन खो लिया क्योंकि बड़ी इधर बड़ी जल्दी खो जाना फोन बंदे खो लेंदे ने इधर हाथ चो खिंच लेना ते फिर ओनू लभना भी नहीं, इन्नी भीड़ आ तुसीं भीड़ वेखो किन्नी इन्हां बंदियां च ओ फोन लभूगी किने चक्किया ओदा किदां की होया जे नहीं पता लगता भाई। ते जदों तुसीं इधर दे जगह ते जाओ जिथे भीड़ आ थोड़ा काठा बंदियां दा तुसीं उत्थे फोन यूज ना करो, मैं भी तां ज़्यादा वीडियो नहीं बनाई क्योंकि फोन वोन दा कोई चक्कर पै जाए। हुण देखो मैं भी उत्ते आके ज़्यादा वीडियो बनाई आ, जदों मैं उत्ते चढ़िया ना तां जाके मैं वीडियो बना रहा आ, एक तां इधर दा व्यू चंगा दूजा सीन की है इधर ना फोन खोण दा कोई चक्कर नहीं पैंदा, डर नहीं मैनू उसी वेले नाल डर आया धक्का तुक्का ना दे दे बंदा धक्का ना दे होर कोई डर नहीं है भाई ठीक है। चलो बंदे नू दसदे आ कुड़ी नू कहने आपां कहीं बाद बंदे चेंज अगे दे हाँ जी आवाज मारी किसी ने नहीं मारी नहीं मारी, आ बंदे चेंज अगे दे भीड़ ओनी आ इत्थे भीड़ तां करके इत्थे छोले भटूरे बन रहे आ देखो भाई आ दड़ा ओ वेखो छोले भटूरे ते सानू नहीं दिते ही पर लाइन इन्नी लंबी लाइन सी आपां विच रस्ते ते आ गए कि मैं इधर तक गया एक लाइन ते एक पासे तक मैनू लग गया आ लाइन स्टार्टिंग नहीं आ बंदे जा रहे ने, जदों उन्होंने कहा ना बाबा जी लाइन च लगो मैं वापस उठ के आ गया, मैं कहा मैं नहीं जाना भाई बहुत लंबी लाइन आ ते इधरों लाइन स्टार्ट आ ठीक आ इधरों स्टार्ट आ नहीं भरावा ओ हाँ उधरों स्टार्ट आ घूम के इधर तक आऊगी घूम के वापस इधर आऊगी लाओ साडे कोल हुंदा आपां इत्थे बैठ बैठा ही नानक प्यो साहब आ रहा नानक प्यो ठीक आ आ गए आ संगतां दा कट्ठ वेखो किन्ना जे आदा आपां फेर पिछे तां थोड़ा खाली दसण डिया ही आ देखो कट्ठ संगतां दा बहुत ज्यादा कट्ठ होया इस वारी पर पिछली वारी तो कम आ पिछली वारी ज्यादा हीगा पर इस वारी भी अच्छा खासा आया कट्ठ घाट नहीं संगतां दी मैं तो कह रहा गेड़ी हो जा गेड़ी आ देखो बंदा बंदा भजाई नहीं रहा आ बिल्कुल ही खाली आ करो खाली आया बिल्कुल भाई पहुंच गए आप मथा टेकिए बाहरों ते चलते हैं उदा भी लेट हो गए हैं आ देखो ते इधर भाई मार्केट सारी चीज़ा बड़िया सजिया सजिया ने आ देखो पूरे खोजा तैयार वो तैयार ने सारी अगे आ बाबा जी लगन तो जाम दो मिनट आ गए अपन निचे सिंह साहब जी बैठे हो बैठे यारे ताड़ी बन रही है वीडियो दे भाई बाबा वो वादू देता भाई तू वादू देता ओ भाई सीधा घरे चलते हैं उत्थे चल के देखांगे की करना जी घर दुते उत्ते पावांगे ते नानक साहब दा नगरकीर्तन किदां लग्गिया तुसीं दस देना मैनू लाइक कर देना सबसक्राइब कर देना ते जो करना कर देना कमेंट वमेंट है ना बाबा जी हाँ ऐसी आई डी बाबा जी दो मिनट की हट जो दो मिनट भरा की हाड़ी आई डी आई फॉलो कर लेना इन्नी तेज नहीं होनी है भाई आवाज तेज बोल दे तो मैं मतलब चलो मैं इधर स्क्रीन पे आ रही होनी है ठीक है कितने आऊगी मैं नहीं पता एडिटिंग से देख लाँगा मैं ठीक है चलो यार नहीं पता रहता यार इधर पासे होगी उधर पासे होगी फॉलो कर लेना इसकी आई डी भी
चलो चलते हैं भाई फिर थक गए उदे भी बड़े शरीर चली हाँ